ਸਰਕਾਰੀ ਕੰਨਿਆ ਸਕੂਲ ਤਰਨਤਾਰਨ ਵਿਖੇ ਧੀਆਂ ਦਾ ਤਿਉਹਾਰ ਮਨਾ ਕੇ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੀ ਸਫਲ ਕੋਸ਼ਿਸ਼ ਕੀਤੀ ਗਈ। ਇਸ ਮੌਕੇ ਤੇ ਹਰਵੰਦ ਸਿੰਘ ਚਬਾਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਲ ਹੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਾਰਿਆਂ ਦੇ ਮਨ ਨੂੰ ਮੋਹ ਲਿਆ ਗਿਆ। ਸਾਡਾ ਵਿਰਸਾ ਆਪਣਾ ਕਹਿਮ ਆ, ਅਸੀਂ ਵਿਰਸੇ ਦੇ ਜਿਹੜੇ ਖੜ੍ਹੇ ਹਾਂ ਉਹ ਅੱਜ ਤੀਆਂ ਦਾ ਤਿਉਹਾਰ ਜਿਹੜਾ ਮਨਾਇਆ ਗਿਆ ਸ੍ਰੀ ਗੁਰੂ ਅਰਜਨ ਦੇਵ ਸਕੂਲ ਦੇ ਵਿੱਚ। ਉਹ ਪ੍ਰਿੰਸੀਪਲ ਮੈਡਮ ਦੇ ਸਾਰੇ ਸਟਾਫ ਵੱਲੋਂ ਜਿਹੜਾ ਵਾ ਉਹ ਬਹੁਤ ਹੀ ਬੱਚੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਆ। ਸਰਕਾਰ ਵੱਲੋਂ ਸਾਰੇ ਜ਼ਿਲ੍ਹਾ ਪੱਧਰ 'ਤੇ ਜਾਂ ਗਰਾਊਂਡ ਲੈਵਲ ਤੱਕ ਜਿਹੜਾ ਵਾ ਉਹ ਇਸ ਨੂੰ ਉਜਾਗਰ ਕਰਨ ਵਾਸਤੇ ਸਮੇਂ ਸਮੇਂ 'ਤੇ ਜਿਹੜੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਂਦੇ ਆ। ਇਸ ਤਿਉਹਾਰ ਨੂੰ ਮਨਾਉਣ ਦਾ ਖਾਸ ਮਕਸਦ ਵਿਰਸੇ 'ਚ ਆ ਰਹੇ ਪਰਿਵਰਤਨ ਨੂੰ ਲੋਕਾਂ ਤੋਂ ਜਾਣੂ ਕਰਾਉਣਾ ਹੈ। ਆਏ ਹੋਏ ਮਹਿਮਾਨਾਂ ਦਾ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ। ਤਰਨ ਤਾਰਨ ਤੋਂ ਸਰਬਜੀਤ ਸਿੰਘ, ਖਬਰ ਹਰ ਪਲ ਇੰਡੀਆ ਲਈ।